ਸਤ ਨਾਮ ਵਾਹਿਗੁਰੂ, 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 ਸਤ ਨਾਮ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਸ ਪਵਿੱਤਰ ਪਾਵਨ ਅਸਥਾਨ ਗੁਰਦੁਆਰੇ ਦਾ ਨਾਂ ਗੁਰਦੁਆਰਾ ਗਊ ਘਾਟ, ਬੜੀ ਸੰਗਤ ਹੈ। ਤਖਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਨਾਲੋਂ ਇਹ ਪਹਿਲਾ ਵੱਡਾ ਗੁਰਦੁਆਰਾ। ਇਸ ਪਿੰਡ ਦਾ ਨਾਂ ਪਹਿਲਾਂ ਬਿਸੰਬਰਪੁਰ ਹੁੰਦਾ ਸੀ ਗੁਰੂ ਨਾਨਕ ਪਾਤਸ਼ਾਹ ਵੇਲੇ, ਤਾਂ ਇੱਥੇ ਸਭ ਤੋਂ ਪਹਿਲਾਂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਪੂਜੇ ਨੇ। ਇੱਥੇ ਬਹੁਤ ਜੈਤਾਂ ਮਲ ਸੰਤ ਹੋਏ ਨੇ, ਜਿਨ੍ਹਾਂ ਦਾ ਅਵਸਥਾ ਉਮਰ 350 ਸਾਲ ਹੋ ਚੁੱਕਾ ਸੀ। ਜਦ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਪੁੱਜੇ ਤਾਂ ਬਹੁਤ ਜੈਤਾਂ ਮਲ ਉਹਨਾਂ ਨੇ ਬੇਨਤੀ ਕੀਤੀ, ਮਹਾਰਾਜ ਕਿਰਪਾ ਕਰੋ, ਸਾਨੂੰ ਮੁਕਤੀ ਕਰੋ, ਉਮਰ ਬਹੁਤ ਹੈ। ਮਹਾਰਾਜ ਗੁਰੂ ਨਾਨਕ ਪਾ ਜੈਤਾਂ ਮਲ, ਅਜੇ ਤੇਰੇ ਸੰਸਾਰ ਸੁੱਖ ਭੋਗਣੇ ਬਾਕੀ ਨੇ, ਅਵਸਥਾ ਬਾਕੀ, ਨੌਵੇਂ ਪਾਤਸ਼ਾਹ ਇੱਥੇ ਗੁਰੂ ਤੇਗ ਬਹਾਦਰ ਸਾਹਿਬ ਜੀ ਆਉਣਗੇ, ਤੈਨੂੰ ਮੁਕਤੀ ਕਰਨਗੇ। ਬਹੁਤ ਜੈਤਾਂ ਮਲ ਕਹਿੰਦੇ, ਮਹਾਰਾਜ ਅਜੇ ਗੁਰੂ ਤੇਗ ਬਹਾਦਰ ਸਾਹਿਬ ਜੀ ਆਉਣ ਨੂੰ ਕਾਫੀ ਸਮਾਂ ਹੈ, ਸਾਡਾ ਦੁੱਖ ਦੂਰ ਕਰੋ। ਗੁਰੂ ਨਾਨਕ ਪਾ ਜੈਤਾਂ ਮਲ ਜੀ, ਕੀ ਦੁੱਖ ਹੈ? ਕਹਿੰਦੇ, ਮਹਾਰਾਜ ਗੰਗਾ ਇਸ਼ਨਾਨ ਕਰ ਲੈਣੇ ਤਾਂ ਜਾ ਕਰ ਅੰਨ ਜਲ ਛੱਕਦੇ ਹਾਂ, ਹੁਣ ਉਮਰ ਬਹੁਤ ਹੈ, ਗੰਗਾ ਜਾਇਆ ਨਹੀਂ ਜਾਂਦਾ। ਗੁਰੂ ਨਾਨਕ ਪਾ ਜੈਤਾਂ ਮਲ ਜੀ, ਤੁਹਾਨੂੰ ਗੰਗਾ ਜਾਣ ਦੀ ਲੋੜ ਨਹੀਂ, ਗੰਗਾ ਆਪ ਤੇਰੇ ਕੋਲ ਚੱਲ ਕਰਾ ਕਰਨਾ ਇਸ਼ਨਾਨ ਕਰਾਉਣ ਵਾਸਤੇ। ਮੈਂ ਜੈਤਾਂ ਮਲ ਜੀ ਕਹਿੰਦੇ, ਮਹਾਰਾਜ ਜੇ ਗੰਗਾ ਮੇਰੇ ਕੋਲ ਆਏਗੀ ਤਾਂ ਹੋਰ ਜੀਵਾਂ ਨੂੰ ਦੁੱਖ ਹੋਏਗਾ। ਮਹਾਰਾਜ ਗੁਰੂ ਨਾਨਕ ਪਾ ਜੀ, ਗੰਗਾ ਇੱਥੇ ਗਊ ਰੂਪ ਧਾਰਨ ਹੋ ਕਰ ਆਇਆ ਕਰਨਾ, ਕਿਸੇ ਜੀਵਾਂ ਨੂੰ ਦੁੱਖ ਨਹੀਂ। ਬਾਹਰ ਤੁਸੀਂ ਦਰਸ਼ਨ ਕਰੋਗੇ, ਸਾਹਮਣੇ ਕੁੰਡ ਹੈ, ਉਸ ਕੁੰਡ 'ਤੇ ਜੈਤਾਂ ਮਲ ਜੀ ਆਪ ਬੈਠਦੇ ਸਨ। ਗੰਗਾ ਆਪ ਗਊ ਰੂਪ ਧਾਰਨ ਹੋ ਕੇ ਮੁੱਖੋ ਜਲ ਡੋਲ ਕੇ ਬਾਅਦ ਜੈਤਾਂ ਮਲ ਉਹਨਾਂ ਨੂੰ ਇਸ਼ਨਾਨ ਕਰਾਉਂਦੇ ਸੀ, ਤਾਂ ਇਸ ਦਾ ਨਾਂ ਗੁਰਦੁਆਰਾ ਗਊ ਘਾਟ ਪਿਆ। ਇੱਥੋਂ ਹੀ ਫਿਰ ਭਾਈ ਮਰਦਾਨੇ ਨੇ ਗੁਰੂ ਨਾਨਕ ਪਾਤਸ਼ਾਹ ਨੂੰ ਆਖਿਆ ਸੀ, ਮਹਾਰਾਜ ਮੈਨੂੰ ਭੁੱਖ ਲੱਗੀ ਹੈ। ਫਿਰ ਗੁਰੂ ਨਾਨਕ ਪਾਤਸ਼ਾਹ ਨੇ ਭਾਈ ਮਰਦਾਨੇ ਨੂੰ ਇੱਕ ਲਾਲ ਦਿੱਤਾ ਸੀ ਪੱਥਰ, ਉਹ ਲਾਲ ਪੱਥਰ ਲੈ ਕੇ ਭਾਈ ਮਰਦਾਨਾ ਤਖਤ ਪਟਨਾ ਸਾਹਿਬ ਜੀ ਹਰਿਮੰਦਰ ਸਾਹਿਬ, ਹਰਿਮੰਦਰ ਸਾਹਿਬ ਪਹਿਲਾਂ ਇੱਕ ਸਾਲਸਰਾਏ ਜਾਵਰੀ ਦਾ ਉਹ ਹਵੇਲੀ ਹੁੰਦਾ ਸੀ, ਮਕਾਨ ਹੁੰਦਾ ਸੀ। ਭਾਈ ਮਰਦਾਨੇ ਨੇ ਲਾਲ ਲੈ ਕੇ ਜਦ ਸਾਲਸਰਾਏ ਜਾਵਰੀ ਕੋਲ ਪੁੱਜੇ, ਸਾਲਸਰਾਏ ਜਾਵਰ ਪੱਥਰ ਨੂੰ ਦਰਸ਼ਨ ਕਰਦਿਆਂ 101 ਰੁਪਇਆ ਦਰਸ਼ਨੀ ਭੇਟ ਭਾਈ ਮਰਦਾਨੇ ਦਿੱਤਾ ਅਤੇ ਲੰਗਰ ਪਾਣੀ ਛਕਾ ਕੇ ਨਾਲ ਸਾਲਸਰਾਏ ਜਾਵਰੀ ਆਪ ਵੀ ਇੱਥੇ ਗੁਰੂ ਨਾਨਕ ਪਾਤਸ਼ਾਹ ਜੀ ਦੇ ਦਰਸ਼ਨਾਂ ਵਾਸਤੇ ਪੁੱਜੇ ਸਨ। ਇਵੇਂ ਉਹ ਅਸਥਾਨ, ਜਦ ਮਹਾਰਾਜ ਗੁਰੂ ਤੇਗ ਬਹਾਦਰ ਜੀ ਦਾ ਸਮਾਂ ਹੋਇਆ ਤਾਂ ਪੰਜਾਬ ਤੋਂ ਆਉਂਦੇ ਹੋਏ ਇਲਾਹਾਬਾਦ, ਪ੍ਰਯਾਗਰਾਜ, ਤ੍ਰਿਵੇਣੀ, ਸਾਸਾਰਾਮ ਹੁੰਦੇ ਹੋਏ ਮਾਤਾ ਗੁਜਰੀ ਜੀ ਨਾਲ ਅਤੇ ਮਾਮਾ ਕਿਰਪਾਲ ਚੰਦ ਪਰਿਵਾਰ ਸਮੇਤ ਮਹਾਰਾਜ ਗੁਰੂ ਤੇਗ ਬਹਾਦਰ ਸਾਹਿਬ ਇਸ ਅਸਥਾਨ ਵਿੱਚ ਜਿੱਥੇ ਹੁਣ ਬੈਠੇ ਹੋ, ਉਸ ਸਮੇਂ ਜੈਤਾਂ ਮਲ ਆਪਣੇ ਕਮਰੇ ਦੇ ਵਿੱਚ ਬੈਠ ਕੇ ਤਪੱਸਿਆ ਭਗਤੀ ਕਰ ਰਹੇ ਸਨ।
ਮਹਾਰਾਜ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਆਵਾਜ਼ ਮਾਰਿਆ, ਜੈ ਤਾਮਰ ਬੂਆ ਖੋਲੋ। ਬਈ ਜੈਤਾਂ ਤੁਸੀਂ ਕੌਣ? ਕਹਿੰਦੇ ਗੁਰੂ ਤੇਗ ਬਹਾਦਰ ਜੀ। ਬਈ ਜੈਤਾਂ ਮਿਲ, ਕਹਿੰਦੇ ਗੁਰੂ ਸਾਹਿਬ ਵਾਸਤੇ ਕੋਈ ਬੂਹੇ ਬੰਦ ਨਹੀਂ ਹੋਏ, ਆਪ ਅੰਦਰ ਛੋਟੀ ਤਾਕੀ ਖੁੱਲ੍ਹੀ ਸੀ। ਮੈਂ ਜੈਤਾਂ ਕਮਰੇ ਦੀ ਫਿਰ ਤਾਕੀ ਰਾਏ ਮਹਾਰਾਜ ਗੁਰੂ ਤੇਗ ਬਹਾਦਰ ਸਾਹਿਬ ਜੀ ਸਿੱਖ ਸੰਗਤਾਂ ਸਮੇਤ ਅਤੇ ਘੋੜੇ ਸਣੇ ਅੰਦਰ ਪ੍ਰਵੇਸ਼ ਕੀਤਾ। ਅਤੇ ਬਈ ਜੈਤਾਂ ਮਲ ਉਹਨਾਂ ਨੂੰ ਆਪ ਗੁਰੂ ਨਾਨਕ ਸਰੂਪ ਹੋ ਕੇ ਦਰਸ਼ਨ ਦਿੱਤੇ। ਪਰ ਜੈਤਾਂ ਮਲ ਦਰਸ਼ਨ ਕਰਦਿਆਂ ਸੰਸਾਰ ਤੋਂ ਵਿਦਾ ਹੋ ਗਿਆ, ਮੁਕਤੀ ਹੋ ਗਈ। ਉਸਦੇ ਬਾਅਦ ਗੁਰੂ ਤੇਗ ਬਹਾਦਰ ਸਾਹਿਬ ਭਾਈ ਜੈਤਾਂ ਮਲਨਾ ਨੂੰ ਆਪਣੇ ਹੱਥੀਂ ਸੰਸਕਾਰ ਕੀਤਾ। ਇੱਥੇ ਮਹਾਰਾਜ ਗੁਰੂ ਤੇਗ ਬਹਾਦਰ ਸਾਹਿਬ ਜੀ ਆਪ ਨਵੇਂ ਸਿਰੇ 'ਤੇ ਗੁਰਦੁਆਰੇ ਬਣਵਾਉਣੇ ਸ਼ੁਰੂ ਕੀਤੇ ਸਨ। ਦੋ ਲੱਕੜਾਂ ਮੰਗਵਾਈਆਂ ਸਨ ਚੌਕਾਠ ਬਣਾਉਣ ਵਾਸਤੇ। ਜਿੱਤਰਖਾਨਾ ਲੱਕੜ ਵੱਢ ਕੇ ਬਣਾਉਣ ਲੱਗੇ ਤਾਂ ਇੱਕ ਲੱਕੜ ਛੋਟਾ ਇੱਕ ਵੱਡਾ ਹੋ ਜਾਂਦਾ ਸੀ। ਤਰਖਾਨਾ ਨੇ ਆਖਿਆ, ਮਹਾਰਾਜ ਇੱਕ ਲੱਕੜ ਛੋਟਾ ਇੱਕ ਵੱਡਾ ਹੋ ਜਾਂਦਾ, ਮੇਚਾ ਨਹੀਂ ਬਣਦਾ। ਮਹਾਰਾਜ ਗੁਰੂ ਤੇਗ ਬਹਾਦਰ ਸਾਹਿਬ ਜੀ ਕਹਿੰਦੇ, ਭਾਈ ਜਿਹੜਾ ਗੁਰੂ ਘਰ ਦੇ ਵਿੱਚ ਛੋਟਾ ਹੁੰਦਾ ਉਹੀ ਵੱਡਾ ਹੁੰਦਾ। ਕੱਲ੍ਹ ਨੂੰ ਮੇਚਾ ਲਿਓ, ਕੱਲ੍ਹ ਨੂੰ ਨਾਪ ਲਿਆ, ਜਿਹੜੀ ਛੋਟੀ ਲੱਕੜ ਸੀ ਵੱਡੀ ਲੱਕੜ ਨਾਲੋਂ ਬਰਾਬਰ ਹੋਊ। ਫਿਰ ਮਹਾਰਾਜ ਗੁਰੂ ਤੇਗ ਬਹਾਦਰ ਸਾਹਿਬ ਜੀ ਤਰਖਾਨਾ ਨੂੰ ਹਿਦਾਇਤ ਕੀਤਾ, ਮਨ੍ਹਾ ਕੀਤਾ ਕਿ ਹੁਣ ਇਸ ਲੱਕੜ ਨੂੰ ਘੱਟ ਬਣੇ। ਕਹਿੰਦਾ ਲੱਕੜ ਦੀ ਵੀ ਸਖਤੀ ਹੋ ਗਈ, ਇਹ ਲੱਕੜ ਹੁਣ ਕੱਟਣ ਯੋਗ ਨਹੀਂ, ਲੱਕੜ ਪੂਜਣ ਯੋਗ ਹੋ ਗਏ। ਇਹ ਲੱਕੜ ਥੰਮ ਸਾਹਿਬ ਨਾਮ ਹੋ ਕੇ ਪ੍ਰਸਿੱਧਨਾ ਦੇ ਵਿੱਚ ਮਹਾਰਾਜ ਗੁਰੂ ਤੇਗ ਬਹਾਦਰ ਸਾਹਿਬ ਨੇ ਆਪਣਾ ਮੁਖਾਰ ਵਿੰਨ ਤੋਂ ਵੜ ਦਿੱਤਾ। ਇੱਥੇ ਆ ਕੇ ਜੋ ਵੀ ਮਾਈ ਪਾਈ ਜਥਾਸਕ ਮਾਂ ਦੇ ਕਰਦਾਸ ਕਰਾ ਕੇ ਥੰਮ ਸਾਹਿਬ ਨੂੰ ਜੱਫਿਆ ਮਾਰਨਗੇ, ਅਤੇ ਇਹਨਾਂ ਦੀ ਸਾਰੀ ਇੱਛਾ ਮਨੋਕਾਮਨਾ ਪੂਰਨ ਹੋਣਗੀਆਂ। ਜਿਨ੍ਹਾਂ ਅਗਰ ਕੋਈ ਔਲਾਦ ਨਹੀਂ ਹੁੰਦਾ, ਜੋ ਹੋ ਕੇ ਜੀਵਦਾ ਨਹੀਂ, ਜਾਂ ਕੋਈ ਦੁੱਖ ਬਿਮਾਰੀ ਲੱਗੀ ਹੈ, ਜਾਂ ਕਾਰੋਬਾਰ ਨਹੀਂ ਚੱਲਦਾ, ਕਿਧਰ ਭਾਵਨਾ ਹੋਵੇ, ਉਹ ਥੰਮ ਸਾਹਿਬ ਜੀ ਅਰਦਾਸ ਕਰ ਜੱਫਿਆ ਮਾਰਨ, ਅਤੇ ਨਾਲ ਸਾਰੀ ਇੱਛਾ ਪੂੰਜਣਾ ਇੱਛਾ ਪੂਰਨ ਹੁੰਦੇ ਆ। ਫਿਰ ਆ ਕੇ ਇੱਥੇ ਥੰਮ ਸਾਹਿਬ ਝੋਲਾ ਸਾਹਿਬ ਚੜਾਉਂਦੇ, ਕੋਈ ਅਖੰਡ ਪਾਠ ਸਾਹਿਬ ਕਰਾਉਂਦੇ। ਪਿਛਲੇ ਪਾਏ ਕਮਰੇ ਤੁਸੀਂ ਦਰਸ਼ਨ ਕਰੋ, ਅੰਦਰ ਪੀਲਾ ਚੋਲਾ ਚੜਿਆ, ਦੋ ਥੰਮ ਸਾਹਿਬ ਨੇ। ਮਹਾਰਾਜ ਗੁਰੂ ਤੇਗ ਬਹਾਦਰ ਸਾਹਿਬ ਵੇਲੇ ਦੀਆਂ ਲੱਕੜਾਂ ਨੇ, ਅਤੇ ਮਹਾਰਾਜ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਵਰ ਦਿੱਤਾ ਹੋਇਆ। ਉਹ ਸੱਜੇ ਦਾ ਕਮਰਾ ਤਾਕੀ ਸਾਹਿਬ, ਜੇ ਤਾਕੀ ਅੰਦਰ ਆਏ ਸਨ ਮਹਾਰਾਜ ਗੁਰੂ ਤੇਗ ਬਹਾਦਰ ਸਾਹਿਬ ਜੀ, ਉਹ ਤਾਕੀ ਦਾ ਵੀ ਦਰਸ਼ਨ ਕਰੋਗੇ। ਉੱਥੇ ਨਾਲ ਚੱਕੀ ਪਈ, ਮਾਤਾ ਗੁਜੀ ਉਹਨਾਂ ਦੀ ਚੱਕੀ ਹੈ। ਤਾਕੀ ਸਾਹਿਬ ਉੱਤੇ ਸ਼ੀਸ਼ੇ ਦੇ ਵਿੱਚ ਗੁਰਦੁਆਰੇ ਸਾਹਿਬ ਦੀ ਪਹਿਲੀ ਚੌਕਾਟ ਮੂਲ ਮੰਤਰ ਲਿਖਿਆ, ਤੁਸੀਂ ਦਰਸ਼ਨ ਕਰੋਗੇ। ਇਹ ਬੂਟਾ ਸਾਹਮਣੇ ਜਿਹਦੇ ਨਾਲ ਕਿਲ੍ਹਾ ਗੱਢ ਕੇ ਮਹਾਰਾਜ ਗੁਰੂ ਤੇਗ ਬਹਾਦਰ ਸਾਹਿਬ ਜੀ ਘੋੜਾ ਬੰਨੇ ਸਨ, ਉਹ ਕਿਲ੍ਹਾ ਹਰਾ ਭਰਾ, ਇਹਦੇ ਨਾਲ ਹਰ ਸ਼ਿੰਗਾਰ ਫੁੱਲਾਂ ਦਰਖਤ ਹੈ, ਨਾਲ ਹੀ ਕੁੰਡ ਹੈ ਜਿੱਥੇ ਜੈਤਾਂ ਮਲਿਆ ਬੈਠਦੇ ਸਨ। ਗੰਗਾ ਆਪ ਗਊ ਰੂਪ ਧਾਰਨ ਹੋ ਕੇ ਮੁੱਖੋ ਜਲ ਡੋਲ ਕੇ ਇਸ਼ਨਾਨ ਕਰਾਉਂਦੇ ਸੀ, ਉਹ ਕੁੰਡ ਦਾ ਵੀ ਦਰਸ਼ਨ ਕਰੋਗੇ। ਇਹ ਇੱਥੋਂ ਦਾ ਇਤਿਹਾਸ ਸਾਧ ਸੰਗਤ ਜੀ। ਬਾਕੀ ਜਨਾਜ ਸੰਗਤਾਂ ਨੇ ਕੋਈ ਸਿਰਪਾਓ ਸਾਹਿਬ ਲੰਗਰ ਇਮਾਰਤ ਵਾਸਤੇ ਮਾਤ ਦੀ ਨਹੀਂ ਹੋਵੇ, ਉਹਨੇ ਇੱਥੇ ਪੱਕੀ ਰੱਸੀ ਲੈ ਕੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰੋਗੇ। ਫਤਿਹ ਬੁਲਾਈਏ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਆ ਜੀ ਥੰਮ ਸਾਹਿਬ, ਜਿਸ ਵੇਲੇ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਇਸ ਅਸਥਾਨ 'ਤੇ ਗੁਰਦੁਆਰਾ ਬਣਵਾਉਣ ਲੱਗੇ, ਦੋ ਲੱਕੜਾਂ ਮੰਗਵਾਈਆਂ ਸੀ ਥੰਮ ਵਾਸਤੇ, ਇਹ ਉਹੀ ਲੱਕੜ ਆ। ਅਤੇ ਜਦੋਂ ਮਿਸਤਰੀ ਸਾਰਾ ਦਿਨ ਲੱਗ ਕਰਕੇ ਇਸ ਲੱਕੜ ਨੂੰ ਚੀਰ ਕੇ ਬਰਾਬਰ ਕਰਦੇ ਸੀ, ਅਤੇ ਰਾਤ ਛੱਡ ਦਿੰਦੇ ਸੀ ਕਿ ਅਗਲੇ ਦਿਨ ਇਸ ਨੂੰ ਕੰਮ ਲਾਵਾਂਗੇ,
ਉਹ ਰਾਤ ਪਰਚੇ ਲੱਕੜ ਵੱਡੀ ਅਤੇ ਛੋਟੀ ਹੋ ਜਾਂਦੀ ਸੀ। ਅਗਲੇ ਦਿਨ ਫਿਰ ਬਰਾਬਰ ਕੀਤਾ, ਫਿਰ ਲੱਕੜ ਵੱਡੀ ਛੋਟੀ ਹੋ ਗਈ। ਮਹਾਰਾਜ ਮੂਹਰੇ ਬੇਨਤੀ ਕੀਤੀ ਮਿਸਤਰੀਆਂ ਨੇ, ਮਹਾਰਾਜ ਅਸੀਂ ਬਰਾਬਰ ਕਰਦੇ ਹਾਂ, ਇਹ ਲੱਕੜ ਆਪਣੇ ਆਪ ਵੱਡੀ ਛੋਟੀ ਹੋ ਜਾਂਦੀ ਹੈ। ਮਹਾਰਾਜ ਕਹਿਣ ਲੱਗੇ, ਹੁਣ ਕੰਮ ਜੋਗਾ ਨਹੀਂ, ਇਹ ਹੁਣ ਪੂਜਨ ਜੋਗਾ, ਇਹਦੇ ਵੀ ਸਖਤੀ ਆ ਗਈ ਹੈ। ਮਹਾਰਾਜ ਨੇ ਵਰ ਦਿੱਤਾ ਹੈ, ਇਹ ਲੱਕੜ ਤਾਂ ਮੰਗਵਾਏ ਸੀ ਥੰਮ ਵਾਸਤੇ, ਥੰਮ ਦੇ ਕੰਮ ਆਇਆ ਨਹੀਂ, ਇਸ ਕਰਕੇ ਮਹਾਰਾਜ ਨੇ ਥੰਮ ਸਾਹਿਬ ਨਾਮ ਹੀ ਰੱਖ ਦਿੱਤਾ ਹੈ। ਅਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਆਪਣੇ ਮੁਖਾਰਬਿੰਦ ਤੋਂ ਵਰ ਦਿੱਤਾ ਹੈ, ਜੋ ਵੀ ਪ੍ਰਾਣੀ ਥੰਮ ਸਾਹਿਬ ਜੀ ਦੇ ਅੱਗੇ ਅਰਦਾਸਾਂ ਕਰਵਾ ਕੇ ਜੱਪੀਆਂ ਪਾ ਕੇ ਮਿਲਣਗੇ, ਉਹਨਾਂ ਦੀ ਇੱਛਾ ਪੂਰੀ ਹੁੰਦੀ ਹੈ। ਅਤੇ ਜੱਪੀ ਪਾ ਕੇ ਮਿਲਦੇ ਨੇ, ਜੋ ਮਿਲਦੇ ਨੇ ਉਹਨਾਂ ਦੀ ਇੱਛਾ ਪੂਰੀ ਹੁੰਦੀ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਧ ਸੰਗਤ ਜੀ, ਇਸ ਇਹ ਜਿਹੜਾ ਕਮਰਾ ਹੈ, ਇਹ ਕਮਰਾ ਭਗਤ ਜੈਤਾ ਮਲ ਜੀ ਦਾ ਹੋਇਆ ਕਰਦਾ ਸੀ। ਸਾਹਮਣੇ ਜਿਹੜੀ ਚੱਕੀ ਹੈ, ਇਹ ਮਾਤਾ ਗੋਜਰੀ ਜੀ ਦੀ ਚੱਕੀ ਹੈ। ਜਿੰਨੇ ਚਿਰ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਪਰਿਵਾਰ ਦੇ ਸਮੇਤ ਇਸ ਅਸਥਾਨ ਗੁਰਦੁਆਰਾ ਗਊ ਘਾਟ ਵਿਖੇ ਰਹੇ, ਮਾਤਾ ਜੀ ਉਨੇ ਚਿਰ ਇਸੇ ਚੱਕੀ 'ਤੇ ਕਣਕ ਪੀਸ ਕੇ ਲੰਗਰ ਬਣਾਉਂਦੇ ਰਹੇ ਸੰਗਤਾਂ ਵਾਸਤੇ। ਸਾਹਮਣੇ ਜੋ ਤਾਕੀ ਸਾਹਿਬ ਆ, ਉਸ ਰਸਤੇ ਤੋਂ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਘੋੜੇ 'ਤੇ ਸਵਾਰ ਸੰਗਤਾਂ ਪਰਿਵਾਰ ਦੇ ਨਾਲ ਅੰਦਰ ਪ੍ਰਵੇਸ਼ ਹੋਏ ਸੀ, ਅਤੇ ਪ੍ਰਵੇਸ਼ ਹੋ ਕਰਕੇ ਭਗਤ ਜੈਤਾ ਮਲ ਜੀ ਨੂੰ ਨਿਹਾਲ ਕਰਕੇ ਉਹਨਾਂ ਦੀ ਮੁਕਤੀ ਕੀਤੀ। ਸਾਹਮਣੇ ਜਿਹੜਾ ਚੁਕਾਟ ਆ, ਇਹ ਗੁਰਦੁਆਰਾ ਗਊ ਘਾਟ ਦੀ ਪਹਿਲੀ ਚੁਗਾਟ ਆ। ਇਹਦੇ ਉੱਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਨੇ ਆਪਣੇ ਹੱਥੀਂ ਮੂਲ ਮੰਤਰ ਲਿਖਿਆ, ਅਤੇ ਮਹਾਰਾਜ ਦਾ ਨਾਮ ਵੀ ਲਿਖਿਆ ਹੋਇਆ, ਅਤੇ ਸੰਨ ਵੀ ਲਿਖਿਆ, ਕਿਹੜੇ ਸੰਨ 'ਚ ਲਿਖਿਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।